ਹੋ ਗਏ ਆ। ਓਕੇ ਪਹਿਲਾਂ ਵੀ ਮੈਂ ਲਗਾਤਾਰ 5 ਸਾਲ ਰਿਹਾ, ਹੁਣ ਵੀ ਮੈਨੂੰ ਤੀਜਾ ਸਾਲ ਜਾਂਦਾ ਆ। ਓਕੇ 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 ਅਤੇ ਸਾਰੇ ਹੀ ਸੇਵਾ ਦਾ ਮਾਣ ਬਖਸ਼ਦੇ ਆ ਅਤੇ ਸੇਵਾ ਦਾ ਕਰਨ ਦਾ ਮੌਕਾ ਦਿੰਦੇ ਹੈਗੇ ਆ। ਅਤੇ ਕਲੱਬ ਜਿਹੜਾ ਤੁਹਾਡਾ ਹੁੰਦਾ ਹਰ ਮਹੀਨੇ ਤੁਹਾਡੀ ਮੀਟਿੰਗ ਹੁੰਦੀ ਹੈ, ਉਹ ਕਿੱਥੇ ਹੁੰਦੀ ਹੈ? ਸਾਡੀ ਜਿਹੜੀ ਮੀਟਿੰਗ ਹੁੰਦੀ ਆ ਪਾਰਕ ਦੇ ਵਿੱਚ, ਮਾਊਂਟਨੈਸ਼ ਪਾਰਕ ਦੇ ਵਿੱਚ। ਹਾਂਜੀ, ਮਾਊਂਟਨੈਸ਼ ਪਾਰਕ ਦੇ ਵਿੱਚ। ਠੀਕ ਹੈ। ਸੋ ਲਾਈਕ ਮੈਂ ਇਸ ਲਈ ਇਹ ਗੱਲ ਪੁੱਛ ਰਹੀ ਹਾਂ ਕਿਉਂਕਿ ਮੈਂ ਚਾਹੁੰਦੀ ਹਾਂ ਕਿ ਜੇ ਕੋਈ ਹੋਰ ਬਜ਼ੁਰਗ ਵੀ ਸਾਡੇ ਜੁੜਨਾ ਚਾਹੁੰਣ ਤੁਹਾਡੇ ਨਾਲ, ਤਾਂ ਉਹ ਕਿੱਦਾਂ ਕੰਟੈਕਟ ਕਰਨ, ਕਿੱਦਾਂ ਇਸ ਕਲੱਬ ਦਾ ਹਿੱਸਾ ਬਣਨ? ਸਾਡੇ ਕੋਲ ਜਦੋਂ ਮਰਜ਼ੀ ਕਲੱਬ ਦੇ ਵਿੱਚ ਆ ਕੇ ਮੈਂਬਰ ਬਣ ਸਕਦੇ ਆ, ਕਿਸੇ ਨੂੰ ਕੋਈ ਮਨਾਹੀ ਨਹੀਂ ਹੈਗੀ, ਸਭ ਲਈ ਓਪਨ ਵਾ। ਹੁਣ ਵੀ ਸਾਰੇ ਕਮਿਊਨਿਟੀ ਨੂੰ, ਸਾਰੇ ਜਾਗਤ ਨੂੰ ਖੁੱਲ੍ਹਾ ਸੱਦਾ ਆ। ਬਹੁਤ ਵਧੀਆ, ਦੈਟਸ ਨਾਈਸ। ਔਰ ਥੋੜ੍ਹਾ ਜਿਹਾ ਆਪਾਂ ਮੇਲੇ ਬਾਰੇ ਗੱਲ ਕਰਾਂਗੇ ਹੁਣ, ਜਿਹੜਾ ਜੁਲਾਈ 26 ਫਰਾਈਡੇ ਨੂੰ ਹੋ ਰਿਹਾ ਮਾਊਂਟਨੈਸ਼ ਪਾਰਕ ਦੇ ਅੰਦਰ, ਇੱਕ ਤੁਸੀਂ ਹਰ ਸਾਲ ਕਰਵਾਉਂਦੇ ਹੋ, ਸੋ ਕੀ ਤਿਆਰੀਆਂ ਚੱਲ ਰਹੀਆਂ, ਫਿਰ ਕੀ ਹੋ ਰਿਹਾ? ਮੈਨੂੰ ਪਤਾ ਕਿ ਮੈਂ ਵੀ ਹਰ ਸਾਲ ਇਸ ਮੇਲੇ ਦਾ ਹਿੱਸਾ ਬਣਦੀ ਹਾਂ, ਐਂਡ ਥੈਂਕਸ ਟੂ ਯੂ, ਤੁਹਾਡੇ ਕਲੱਬ ਦਾ ਬਹੁਤ ਬਹੁਤ ਧੰਨਵਾਦ, ਤੁਹਾਡਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਹਮੇਸ਼ਾ ਮੌਕਾ ਦਿੱਤਾ ਔਰ ਇੰਨੀ ਰਿਸਪੈਕਟ ਦਿੱਤੀ ਹੈ ਹਮੇਸ਼ਾ ਤੁਸੀਂ ਮੈਨੂੰ ਉੱਥੇ। ਔਰ ਇਸ ਵਾਰੀ ਵੀ ਜ਼ਰੂਰ ਮੈਂ ਇਸ ਮੇਲੇ ਦਾ ਹਿੱਸਾ ਬਣਾਂਗੀ ਔਰ ਉੱਥੇ ਪਹੁੰਚਾਂਗੀ। ਸੋ ਲੇਕਿਨ ਮੈਂ ਤੁਹਾਡੇ ਕੋਲ ਜਾਣਨਾ ਚਾਹਾਂਗੀ ਕਿ ਕੀ ਤਿਆਰੀਆਂ ਚੱਲ ਰਹੀਆਂ। ਤਿਆਰੀਆਂ ਤਾਂ ਦੇਖੋ ਜੀ, ਤੁਸੀਂ ਆ ਕੇ ਸਾਰਾ ਕੁਝ ਕਰਨਾ ਹੈਗਾ। ਪਹਿਲਾਂ ਤਾਂ ਸਾਰਾ ਸਟੇਜ 'ਤੇ ਤਾਂ ਤੁਸੀਂ ਸਭ ਕੁਝ ਸਾਂਭਣਾ ਹੈਗਾ, ਅਤੇ ਜੋ ਸਾਨੂੰ ਤੁਸੀਂ ਮਾਣ ਬਖਸ਼ਦੇ ਆ ਅਸੀਂ ਉਹਦਾ ਯਾਨੀ ਕਿ ਕੁਛ ਦੇ ਨਹੀਂ ਸਕਦੇ ਹੈਗੇ। ਅਤੇ ਬਾਕੀ ਤਾਜ਼ਾ ਤਾਜ਼ਾ ਉੱਥੇ ਚਾਹ ਪਾਣੀ, ਪਕੌੜਾ, ਗਰਮ ਗਰਮ ਸਾਰਾ ਕੁਛ ਹੀ ਲੈਂਦਾ ਮਿਲਣਾ। ਇਹ ਨਹੀਂ ਵੀ ਕੋਈ ਕੱਚੇ ਕੱਢ ਕੇ ਲਿਆਉਣੇ ਆ ਜਾਂ ਪੱਕੇ ਕਰਨੇ ਆ, ਅਤੇ ਉੱਥੇ ਹੀ ਕੱਢਣੇ ਆ, ਉੱਥੇ ਹੀ ਆਪਾਂ ਉਹਦਾ ਮਾਣ ਮਾਨਣਾ। ਅਤੇ ਜਲੇਬੀਆਂ ਵੀ ਐਤਕੀ ਤਾਜ਼ੀਆਂ ਤਾਜ਼ੀਆਂ ਉੱਥੇ ਹੀ ਨਿਕਲਣੀਆਂ ਹੈਗੀਆਂ, ਅਤੇ ਨਾ ਬੇਸਣ ਵੀ ਹੋਊਗਾ ਚਾਹ ਦੇ ਨਾਲ, ਠੰਡੇ ਵੀ ਹੋਊਗੇ, ਹੋਰ ਵੀ ਪਾਣੀ ਤਾਣੀ ਹੋਊਗਾ, ਅਤੇ ਉਹ ਤਾਂ ਨਾਲ ਕਰਦੇ ਕਰਾਉਂਦੇ ਆ। ਅਸੀਂ ਛੋਲੇ ਪੂਰੀਆਂ ਦਾ ਵੀ ਇੰਤਜ਼ਾਮ ਕੀਤਾ ਹੈਗਾ ਐਤਕੀ। ਪਿਛਲੀ ਵਾਰੀ ਤਾਂ ਭਟੂਰਿਆਂ ਦਾ ਸੀਗਾ, ਐਤਕੀ ਛੋਲੇ ਪੂਰੀਆਂ ਦਾ ਕੀਤਾ ਹੈਗਾ। ਅਤੇ ਉਹਦੇ ਤੋਂ ਬਾਅਦ ਵੀ ਅਸੀਂ ਕਈ ਵਾਰੀ ਤਲੀਆਂ ਚੀਜ਼ਾਂ 'ਤੇ ਵੀ ਆਉਂਦੇ ਆ, ਪਰ ਤਲੀਆਂ ਚੀਜ਼ਾਂ ਤੋਂ ਬਿਨਾਂ ਜਾਂ ਮਿੱਠੇ ਤੋਂ ਬਿਨਾਂ ਮੇਲਾ ਵੀ ਨਹੀਂ ਸੋਭਦਾ। ਬਿਲਕੁਲ। ਅਤੇ ਬਾਕੀ ਸਾਡੀ ਟਿਪਸ ਹੈਗੀ ਆ, ਅਸੀਂ ਹੈਲਥ 'ਤੇ ਵੀ ਕੋਈ ਰੱਖਣੀ ਚਾਹੁੰਦੇ ਹਾਂ, ਕੋਈ ਵੀ ਸਾਡੇ ਨਾਲ ਪਾਰਟੀਸਪੇਟ ਕਰ ਸਕਦਾ ਆ। ਅਸੀਂ ਡਰੱਗ 'ਤੇ ਵੀ ਰੱਖਣੀ ਚਾਹੁੰਦੇ ਹਾਂ, ਅਸੀਂ ਡੈਂਟਿਸਟ 'ਤੇ ਵੀ ਰੱਖਣੀ ਚਾਹੁੰਦੇ ਹਾਂ, ਅਸੀਂ ਹੈਲਥ 'ਤੇ ਸ਼ੂਗਰ 'ਤੇ ਹਰੇਕ ਤਰ੍ਹਾਂ ਦੀ ਰੱਖਣੀ ਚਾਹੁੰਦੇ ਹਾਂ। ਰਸਤਾ ਕਾਇਮ ਕਰ ਸਕਦੇ ਸਾਡੇ ਨਾਲ ਇਸ ਨੰਬਰ 'ਤੇ। ਬਾਕੀ ਜਿਹੜਾ ਹੋਰ ਵੀ ਆ, ਖਾਣ ਪੀਣ ਦੇ ਵਿੱਚ ਵੀ ਅਸੀਂ ਕੋਸ਼ਿਸ਼ ਕਰਾਂਗੇ ਵੀ ਜਿਹੜੇ ਸ਼ੂਗਰ ਜਾਂ ਬੀ ਪੀ ਦੇ ਹੈਗਾ ਆ, ਉਹਤੇ ਵੀ ਅਸੀਂ ਕੋਈ ਸੁਝਾਅ ਕਰਕੇ ਕੋਈ ਡਿਸ਼ ਰੱਖ ਸਕੀਏ। ਬਹੁਤ ਵਧੀਆ। ਔਰ ਮੈਂ ਵੀ ਆਪਣੇ ਦਰਸ਼ਕਾਂ ਨੂੰ ਕਹਿਣਾ ਚਾਹਾਂਗੀ ਕਿ ਜੇ ਤੁਸੀਂ ਇਸ ਸੈਲੀਬ੍ਰੇਸ਼ਨ ਦਾ ਹਿੱਸਾ ਬਣਨਾ ਚਾਹੁੰਦੇ ਹੋ, ਸੈਂਡਲਵੁੱਡ ਹਾਈਟਸ ਸੀਨੀਅਰ ਕਲੱਬ ਦਾ ਹਿੱਸਾ ਬਣਨਾ ਚਾਹੁੰਦੇ ਹੋ, ਤਾਂ ਤੁਸੀਂ ਇਹਨਾਂ ਨੂੰ ਨਿਰਮਲ ਜੀ ਨੂੰ ਕੰਟੈਕਟ ਕਰ ਸਕਦੇ। ਇਹਨਾਂ ਦਾ ਨੰਬਰ ਹੈ 416-451-7895। ਔਰ ਮੈਂ ਠੀਕ ਬੋਲ ਰਹੀ ਹਾਂ ਨੰਬਰ ਤੁਹਾਡਾ? 451। ਹਾਂਜੀ, 78 97 89। ਹਾਂਜੀ। ਸੋ ਐਂਡ ਤਿਲਨ ਸਾਹਿਬ ਜੀ ਦਾ ਨੰਬਰ ਹੈ 2896545091। ਔਰ ਬੈਂਸ ਜੀ ਦਾ ਨੰਬਰ ਹੈ 6476880481। ਔਰ ਸਾਡੀ ਸਕਰੀਨ 'ਤੇ ਵੀ ਨੰਬਰ ਇਹਨਾਂ ਦਾ ਆ ਰਿਹਾ ਹੋਏਗਾ, ਤੁਸੀਂ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ ਜਾਂ ਤੁਸੀਂ ਮੈਨੂੰ ਵੀ ਕਾਲ ਕਰ ਸਕਦੇ ਹੋ। ਔਰ ਨਿਰਮਲ ਜੀ ਦੇ ਵਿੱਚ ਕਿਹੜੀ ਕਿਹੜੀ ਐਕਟੀਵਿਟੀਜ਼ ਹੋ ਰਹੀਆਂ, ਲਾਈਕ ਕਿੱਦਾਂ ਹੋ ਰਿਹਾ, ਹੋਰ ਕੀ ਹੋ ਰਿਹਾ? ਪਹਿਲਾਂ ਤਾਂ ਮੈਂ ਇੱਕ ਚੀਜ਼ ਦੱਸੂੰਗਾ, ਜਿਹੜਾ ਖਾਣ ਪੀਣ ਦੇ ਨਾਲ, ਹਾਂਜੀ, ਸਾਰਿਆਂ ਨੂੰ ਅਸੀਂ ਇਹਦੇ ਵਿੱਚ ਇਹ ਵੀ ਰੱਖਿਆ ਆ, ਜੇ ਕੋਈ ਇਹਦੇ ਵਿੱਚ ਚਾਹਵਾਨ ਬੀਰ ਹੋਵੇ ਵੈਜੀਟੇਬਲ, ਜੇ ਕੋਈ ਇਹਨਾਂ ਚੀਜ਼ਾਂ ਤੋਂ ਇਲਾਵਾ ਜਿੱਦਾਂ ਕੋਈ ਸ਼ੂਗਰ ਫਰੀ ਜਾਂ ਕੋਈ ਚੀਜ਼ ਕਰ ਸਕਦਾ ਆ ਵਿੱਚ ਪਾਰਟੀਸਪੇਟ, ਸਾਡੇ ਨਾਲ ਉਹ ਕੰਟਰੈਕਟ ਕਰਕੇ ਉਹਦੇ ਵਿੱਚ ਸ਼ੇਅਰ ਪਾਰਟੀਸਪੇਟ ਕਰ ਸਕਦਾ, ਆਪਣੀ ਡਿਸ਼ਿਜ ਬਣਾ ਕੇ ਦੇ ਸਕਦਾ। ਓਕੇ, ਜੇ ਕੋਈ ਵੀ ਇਹਦੇ ਵਿੱਚ ਲਾਈਕ ਸਟਾਲ ਆਪਣਾ ਲਗਾਉਣਾ ਚਾਹੁੰਦਾ, ਰਾਈਟ, ਯੂ ਮੀਨ ਰਾਈਟ, ਔਰ ਜਾਂ ਸਪਾਂਸਰ ਕਰਨਾ ਚਾਹੁੰਦਾ? ਸਟਾਲ ਜਿੱਦਾਂ ਉਹ ਡਿਫਰੈਂਟ ਅਸੀਂ ਨਹੀਂ ਕਰਦੇ ਹੈਗੇ ਕੱਪੜਿਆਂ ਦਾ ਜਾਂ ਕਿੱਦਾਂ, ਕਿਉਂਕਿ ਪੈਸਿਆਂ ਵਾਲਾ ਉਹ ਨਹੀਂ ਕਰਦੇ ਹੈਗੇ, ਉੱਦਾਂ ਚਲੋ ਬੈਨਰ ਵਗੈਰਾ ਹੋਇਆ ਚਲੋ ਕੋਈ ਗੱਲ ਨਹੀਂ ਹੈਗੀ, ਤਾਂ ਉਹ ਤਾਂ ਅਸੀਂ ਲਵਾ ਸਕਦੇ ਹਾਂ। ਜਿਹੜਾ ਪੈਸਿਆਂ ਦਾ ਮਸਲਾ ਆ ਜਾਂਦਾ, ਜਿੱਤ ਪੈਸੇ ਬਣਨੇ ਆ, ਉਹ ਫਿਰ ਸਾਡਾ ਫਰੀ ਵਾਲਾ ਕੰਮ ਨਹੀਂ ਆ ਜਾਂਦਾ, ਕਮਾਈ ਵਾਲਾ ਹੋ ਜਾਂਦਾ ਨਾ ਕਿਸੇ ਤੋਂ, ਅਸੀਂ ਉਹ 'ਚ ਪੈਸੇ ਲਈਏ ਸ਼ੇਅਰ ਕਰੀਏ। ਅਤੇ ਕਈ ਵਾਰੀ ਸਾਨੂੰ ਫੋਨ ਕਾਲ ਆ ਜਾਂਦੇ ਜੀ ਅਸੀਂ ਕੱਪੜਿਆਂ ਦਾ ਸਟਾਲ ਲਾ ਸਕਦੇ, ਤਾਂ ਇੱਦਾਂ ਕੋਈ ਕਰ ਸਕਦੇ। ਹਾਂ, ਖਾਣ ਪੀਣ ਵੈਜੀਟੇਬਲ ਦਾ ਉਹ ਠੰਡਾ ਹੋ ਗਿਆ, ਤਾਜ਼ਾ ਹੋ ਗਿਆ, ਉਹ 'ਤੇ ਕੋਈ ਸਾਡੇ ਨਾਲ ਪਾਰਟੀਸਪੇਟ ਕਰਨਾ, ਅਸੀਂ ਉਹਨੂੰ ਸੇਵਾ ਦਾ ਮੌਕਾ ਪਾਵਾਂ, ਪਾਣੀ ਦਾ ਹੀ ਹੋਵੇ ਉਹਨੂੰ ਵੀ ਦੇਵਾਂਗੇ। ਠੀਕ ਹੈ, ਜੇ ਕੋਈ ਵੀ ਤੁਸੀਂ ਕਿਸੇ ਤਰ੍ਹਾਂ ਦੀ ਵੀ ਸੇਵਾ ਕਰਨਾ ਚਾਹੁੰਦੇ ਹੋ ਉੱਥੇ ਆਪਣੇ ਇੱਕ ਗੁੱਡ ਮਾਇੰਡ ਦੇ ਨਾਲ, ਔਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਸੀਂ ਉਸ ਮੇਲੇ ਦਾ ਹਿੱਸਾ ਬਣੋ, ਔਰ ਤੁਸੀਂ ਆਪਣੇ ਵੱਲੋਂ ਸ਼ੂਗਰ ਫਰੀ ਆਈਟਮਸ ਉੱਥੇ ਸਰਵ ਕਰਨਾ ਚਾਹੁੰਦੇ ਹੋ ਜਾਂ ਕੋਈ ਵੀ ਖਾਣ ਪੀਣ ਦੀ ਚੀਜ਼ ਦਾ ਤੁਸੀਂ ਸੇਵਾ ਕਰਨਾ ਚਾਹੁੰਦੇ ਹੋ, ਤਾਂ ਵੀ ਤੁਸੀਂ ਨਿਰਮਲ ਜੀ ਨੂੰ ਕੰਟੈਕਟ ਕਰ ਸਕਦੇ ਹੋ। ਔਰ ਨਿਰਮਲ ਜੀ, 2 ਵਜੇ ਪ੍ਰੋਗਰਾਮ ਸ਼ੁਰੂ ਹੋਏਗਾ, ਸੋ ਕੀ ਹੋਣ ਜਾ ਰਿਹਾ ਇਹਦੇ ਅੰਦਰ, ਐਕਟੀਵਿਟੀਜ਼ ਕੀ ਹਨ? ਪਹਿਲਾਂ ਤਾਂ ਆਪਣਾ ਪ੍ਰੋਗਰਾਮ ਤਾਂ 2 ਵਜੇ ਤੋਂ 7 ਵਜੇ ਤੱਕ ਹੈਗਾ। ਹਾਂਜੀ, ਪਹਿਲਾਂ ਤਾਂ 1:30 ਵਜੇ ਆਪਣੇ ਵੀਰ ਜੋ ਵੀ ਆ ਤਾਸ਼ ਦੇ
ਪਲੇਅਰ ਹੈਗੇ ਆ ਜੋ ਵੀ ਖੇਡਣ ਵਾਲੇ ਆ ਉਹਦੇ ਵਿੱਚ ਭਾਗ ਲੈਣ ਵਾਲੇ ਆ ਉਹਨਾਂ ਨੇ ਆਪਣਾ ਆ ਕੇ ਆਪਣੇ ਆਪ ਹੀ ਉਹਨਾਂ ਦੀ ਜ਼ਿੰਮੇਵਾਰੀ ਆ ਉਹਨਾਂ ਨੇ ਸਾਰਾ ਕੁਝ ਕਰਨਾ ਮੇਰਾ ਕੋਈ ਰੋਲ ਨਹੀਂ ਵਿੱਚ ਉਹਦੇ ਓਕੇ ਅਤੇ ਉਹਨਾਂ ਨੇ ਆਪਣੀਆਂ ਜ਼ਿੰਮੇਵਾਰੀਆਂ ਆਪ ਲਈਆਂ ਵੀ ਅਸੀਂ ਸਾਰੇ ਕੁਛ ਅਸੀਂ ਆਪ ਖੁਦ ਕਰਨਾ ਹੈਗਾ ਤਾਂ ਮੈਨੂੰ ਉਹਦਾ ਬਹੁਤਾ ਆਪਣੇ ਦਿਮਾਗ 'ਤੇ ਵੀ ਨਹੀਂ ਹੈਗਾ ਕੋਈ ਇੱਦਾਂ ਦਾ ਬੋਝ ਨਹੀਂ ਹੈਗਾ ਅਤੇ ਉਹਨਾਂ ਨੇ 1:30 ਵਜੇ ਆਪਣਾ ਸ਼ੁਰੂ ਕਰ ਦੇਣਾ ਉਹ ਤੋਂ ਬਾਅਦ 2 ਵਜੇ ਅਸੀਂ ਚਾਹ ਪਾਣੀ ਦਾ ਸ਼ੁਰੂ ਕਰ ਦੇਣਾ ਅਤੇ ਉਹ ਤੋਂ ਨਾਲ ਨਾਲ ਚੱਲਦੇ ਚੱਲਦੇ ਅਸੀਂ 1.5 ਘੰਟਾ ਚਾਹ ਪਾਣੀ ਲਈ ਰੱਖਿਆ ਜਦ ਤਾਈਂ ਉਹਦੇ ਵਿੱਚ ਕਵੀ ਦਾ ਹੋਊਗਾ ਰੈਂਪੀ ਰੁਪਿੰਦਰ ਉਹਦੇ ਵਿੱਚ ਜਦ ਤਾਈਂ ਲੱਗੂਗੀ ਆਪਣਾ ਉਹ ਲੈਬ ਕਰੂਗੀ ਉਹ ਤੋਂ ਬਾਅਦ ਜਿੱਦਾਂ ਜਿੱਦਾਂ ਆਪਣਾ 2:45 'ਤੇ ਟਾਈਮ ਹੋ ਜਾਂਦਾ ਆ ਅਤੇ ਉਹ ਫਿਰ ਆਪਾਂ ਫਲੈਗ ਦੀ ਰਸਮ ਕਰਾਂਗੇ ਅਤੇ ਸਾਰੇ ਜਣੇ ਇਕੱਠੇ ਹੋ ਗਏ ਉਹਦੇ ਵਿੱਚ ਸਾਰਿਆਂ ਨੇ ਜੁੜਨਾ ਹੈਗਾ ਕਿਉਂਕਿ ਅਸੀਂ ਵੀ ਚਾਹ ਇੱਧਰ ਛੱਕਦੇ ਹੁਣ ਅਸੀਂ ਉੱਧਰ ਉਹ ਕਰੀਏ ਇੱਧਰ ਚੰਗਾ ਨਹੀਂ ਲੱਗਦਾ ਅਤੇ ਇਸ ਕਰਕੇ ਵਿੱਚ ਸਮਾਂ ਰੱਖਿਆ ਵੀ ਆਪਣਾ ਚਾਹ ਪੀ ਕੇ ਫ੍ਰੀ ਹੋ ਕੇ ਆਪਣੀ ਆਪਣੀ ਚੇਅਰਾਂ 'ਤੇ ਬਹਿ ਜਾਣ ਅਤੇ ਆਰਾਮ ਨਾਲ ਆਪਾਂ ਸਾਰੇ ਰਲ ਕੇ ਉਹਦੇ ਵਿੱਚ ਸ਼ਾਮਿਲ ਹੋ ਸਕੀਏ ਅਤੇ ਸ਼ਾਮਿਲ ਹੋ ਕੇ ਆਪਾਂ ਉਹਨੂੰ ਤਾਂ ਫਲੈਗ ਦੀ ਰਸਮ ਨੂੰ ਕਰੀਏ ਤਾਂ ਉਹਦੇ ਨਾਲ ਨਾਲ ਆਪਾਂ ਫਿਰ ਰਸਮ ਕਰਕੇ ਉਹਦੇ ਵਿੱਚ ਕੇਕ ਕੱਟਿਆ ਜਾਊਗਾ ਉਹਦਾ ਕੇਕ ਕੱਟ ਕੇ ਉਹ ਸਰਵ ਕੀਤਾ ਜਾਊਗਾ ਸਭ ਨੂੰ ਉਹ ਤੋਂ ਬਾਅਦ ਫਿਰ ਕਹਾਂ ਆਪਣਾ ਸਾਰਾ ਹੀ ਰੰਗਾ ਰੰਗ ਪ੍ਰੋਗਰਾਮ ਚੱਲੂਗੇ ਕੰਪੀਟੀਸ਼ਨ ਕਿੱਦਾਂ ਕਿੱਦਾਂ ਦੇ ਹੋ ਰਹੇ ਆ ਗੇਮਸ ਕਿੱਦਾਂ ਕਿੱਦਾਂ ਦੀਆਂ ਹੋ ਰਹੀਆਂ ਗੇਮਸ ਸਾਰਿਆਂ ਦੀਆਂ ਹੈਗੀਆਂ ਇਹਦੇ ਵਿੱਚ ਸਾਰਿਆਂ ਨੂੰ ਭਾਗ ਲੈਣ ਦਾ ਸਮਾਂ ਹੈਗਾ ਸਮਾਂ ਸਾਡੇ ਕੋਲ ਸੀਮਤ ਹੋਣਾ ਆ ਕਿਉਂਕਿ ਇਸੇ ਕਰਕੇ ਅਸੀਂ ਸਪੀਚਾਂ ਦਾ ਵੀ ਘੱਟ ਕੀਤਾ ਹੈਗਾ ਸਪੀਚ ਵੀ ਜੇ ਕਿਸੇ ਦੀ ਹੋਊਗੀ ਤਾਂ ਬਹੁਤ ਸ਼ੋਰਟ ਹੋਊਗੀ ਨਹੀਂ ਤਾਂ ਸਪੀਚ ਦਾ ਟਾਈਮ ਨਹੀਂ ਸਾਡੇ ਕੋਲ ਹੈਗਾ ਇਸ ਵੇਲੇ ਮਨੋਰੰਜਨ ਕਰਨ ਦਾ ਵੱਧ ਤੋਂ ਵੱਧ ਟਾਈਮ ਹੈਗਾ ਇੰਨਾ ਅਤੇ ਅਸੀਂ ਮਨੋਰੰਜਨ ਦੇ ਵਿੱਚ ਹੀ ਸਾਰਾ ਕੁਛ ਹੀ ਵੱਧ ਤੋਂ ਵੱਧ ਕਰਨ ਦੀ ਭਾਗ ਲੈ ਸਕੀਏ ਜਿੱਦਾਂ ਜਿੱਦਾਂ ਵੀ ਕੋਈ ਆਪਣਾ ਰੋਲ ਕਰਨਾ ਚਾਹੁੰਦਾ ਸਾਡੇ ਨਾਲ ਸਲਾਹ ਕਰ ਸਕਦਾ ਰਸਤਾ ਕਾਇਮ ਕਰ ਸਕਦਾ ਹਾਂ ਸਾਡੇ ਕੋਲ ਟਾਈਮ ਹੋਊਗਾ ਅਸੀਂ ਉਹਨਾਂ ਦੀ ਜ਼ਰੂਰ ਪ੍ਰਵਾਨਗੀ ਕਰਾਂਗੇ ਅਤੇ ਉਹਨਾਂ ਨੂੰ ਟਾਈਮ ਦਿੱਤਾ ਜਾਊਗਾ ਜੇ ਕਿਸੇ ਬੀਬੀਆਂ ਕੋਲ ਚਾਟੀਆਂ ਹੈਗੀਆਂ ਅਤੇ ਚਾਟੀਆਂ ਦੀ ਗੇਮ ਕਰਨੀ ਆ ਤਾਂ ਉਹ ਆਪਣੀਆਂ ਨਾਲ ਲੈ ਕੇ ਆਉਣ ਬਿਲਕੁਲ ਸੋ ਚਾਟੀਆਂ ਜੇ ਨਹੀਂ ਵੀ ਹਨ ਤਾਂ ਜਾਗੋ ਵੀ ਲਿਆ ਸਕਦੇ ਹਨ ਹਾਂ ਜਾਗੋ ਵਾਲਾ ਘੜਾ ਉਹ ਉਹਨਾਂ ਨੂੰ ਸਭ ਕੁਝ ਪਤਾ ਆ ਮੇਰੇ ਦੱਸਣ ਦੀ ਲੋੜ ਨਹੀਂ ਹੈਗੀ ਕਿਉਂਕਿ ਜਿਹੜਾ ਇਹ ਕੰਮ ਕਰਦਾ ਆ ਉਹਨਾਂ ਨੂੰ ਸਾਰਿਆਂ ਨੂੰ ਪਤਾ ਆ ਮੈਂ ਹੁਣ ਇੱਕ ਕਿਸੇ ਨਾਲ ਗੱਲ ਵੀ ਕੀਤੀ ਸੀ ਮੈਨੂੰ ਕਹਿੰਦੇ ਸੀ ਵੀ ਜੇ ਉਹ ਨਹੀਂ ਤਾਂ ਇਹ ਹੋ ਜਾਵੇ ਹੈ ਨਾ ਵੀ ਉਹ ਲੈ ਆਉਣ ਅਤੇ ਉਹਨਾਂ ਨੇ ਫਿਰ ਮੈਨੂੰ ਬੇਨਤੀ ਕੀਤੀ ਸੀ ਵੀ ਤੁਸੀਂ ਇਹ ਕਰੋ ਵੀ ਜਿਹੜੇ ਉਸ ਗੇਮ ਦੇ ਵਿੱਚ ਇੰਟਰਸਟਡ ਆ ਲਾਸਟ ਟਾਈਮ ਵੀ ਸਾਡੇ ਨਾਲ ਕਿਸੇ ਨੇ ਰਸਤਾ ਕਾਇਮ ਉੱਥੇ ਹੀ ਕੀਤਾ ਸੀ ਸੇਮ ਟਾਈਮ 'ਤੇ ਤੁਹਾਨੂੰ ਯਾਦ ਹੋਣਾ ਤਾਂ ਉਹਨਾਂ ਨੇ ਚਾਟੀਆਂ ਆਪਣੇ ਗੱਡੀਆਂ 'ਚੋਂ ਕੱਢ ਲਈਆਂ ਸੀ ਉਹ ਨਾਲ ਲੈ ਕੇ ਆਇਓ ਸੀ ਅਤੇ ਉਹ ਕਹਿੰਦੇ ਜੀ ਗੇਮ ਕਰਾਓ ਅਸੀਂ ਕਿਹਾ ਲਓ ਜੀ ਕਰਾ ਦਿੰਦੇ ਕਿਉਂਕਿ ਇੱਕ ਬੰਦੇ ਨੂੰ ਕੰਮ ਸਾਰੇ ਇਕੱਠੇ ਕਰਨੇ ਜੇ ਸਾਰੇ ਜਣੇ ਆਪਾਂ ਇੱਕ ਇੱਕ ਜ਼ਿੰਮੇਵਾਰੀ ਨੂੰ ਵੰਡ ਕੇ ਲਈਏ ਅਤੇ ਬਹੁਤ ਈਜ਼ੀ ਹੋ ਜਾਂਦਾ ਨਾਲੇ ਸਾਰਿਆਂ ਨੂੰ ਇੰਨਾ ਹੁੰਦਾ ਆਪਣੇ ਆਪਣੇ ਦਾ ਮਾਣ ਵੀ ਬਹੁਤ ਵੱਧਦਾ ਆ ਤੇ ਸਾਨੂੰ ਇਹਦੇ ਵਿੱਚ ਦਿੱਤਾ ਹੁਣ ਬੀਬੀਆਂ ਆ ਬੀਬੀਆਂ ਭੈਣਾਂ ਨੂੰ ਰਿਕੁਐਸਟ ਕਰਾਂਗੀ ਕਿ ਜੇ ਤੁਸੀਂ ਚਾਟੀ ਦੀ ਰੇਸ ਦੇ ਵਿੱਚ ਹਿੱਸਾ ਲੈਣਾ ਚਾਹੁੰਦੇ ਹੋ ਪਾਰਟਿਸਪੇਟ ਕਰਨਾ ਚਾਹੁੰਦੇ ਹੋ July 26 ਨੂੰ ਮਾਊਂਟੇਨਜ ਪਾਰਕ ਦੇ ਅੰਦਰ ਹੋ ਰਿਹਾ ਇਹ ਮੇਲਾ ਸੈਂਡਲਵੁੱਡ ਹਾਈਟਸ ਸੀਨੀਅਰ ਕਲੱਬ ਵੱਲੋਂ ਕਰਵਾਇਆ ਜਾਂਦਾ ਹੈ ਹਰ ਸਾਲ ਕੈਨੇਡਾ ਡੇ ਦੀ ਸੈਲੀਬ੍ਰੇਸ਼ਨ ਹੁੰਦੀ ਹੈ ਜਿਸ ਦੇ ਵਿੱਚ ਗੇਮਸ ਹੁੰਦੀਆਂ ਹਨ ਖਾਣਾ ਪੀਣਾ ਹੁੰਦਾ ਹੈ ਲੰਚ ਹੁੰਦਾ ਹੈ ਸਨੈਕਸ ਹੁੰਦੇ ਹਨ ਕੇਕ ਕਟਿੰਗ ਸੈਰਾਮਨੀ ਹੁੰਦੀ ਹੈ ਫਲੈਗ ਹੋਸਟਿੰਗ ਹੁੰਦੀ ਹੈ ਬੱਚਿਆਂ ਲਈ ਗੇਮਸ ਕਰਵਾਈਆਂ ਜਾਂਦੀਆਂ ਹਨ ਅਤੇ ਤੁਸੀਂ ਜ਼ਰੂਰ ਇਹਦਾ ਹਿੱਸਾ ਬਣੋ ਅਤੇ ਇੱਕ ਚਾਟੀ ਰੇਸ ਲਈ ਤੁਸੀਂ ਆਪਣੇ ਘਰੋਂ ਜੇ ਚਾਟੀ ਨਹੀਂ ਹੈ ਪ੍ਰੋਪਰ ਦੈਨ ਤੁਸੀਂ ਜਾਗੋ ਵਾਲਾ ਘੜਾ ਵੀ ਲਿਆ ਸਕਦੇ ਹੋ ਔਰ ਇਹਦੇ ਵਿੱਚ ਪਾਰਟੀਸਪੇਟ ਕਰ ਸਕਦੇ ਹੋ ਨਿਰਮਲ ਜੀ ਕੀ ਕਹਿਣਾ ਚਾਹੋਗੇ ਹੋ ਬਾਕੀ ਅਸੀਂ ਡੀਜੇ ਦਾ ਵੀ ਇੰਤਜ਼ਾਮ ਕੀਤਾ ਹੈ ਬਹੁਤ ਵਧੀਆ ਲਾਲ ਰਣਜੀਤ ਸਿੰਘ ਢੋਲ ਵੀ ਹੋਏਗਾ ਢੋਲ ਵੀ ਹੋਊਗਾ ਢੋਲੀ ਵੀ ਪ੍ਰੋਫੈਸ਼ਨਲ ਹੋਊਗਾ ਲਾਈਵ ਢੋਲੂ ਹੀ ਹੋਊਗਾ ਲਾਈਵ ਸਿੰਗਰ ਹੋਊਗੇ ਜੋਤੀ ਨੂੰ ਤਾਂ ਤੁਸੀਂ ਜਾਣਦੇ ਹਾਂ ਜਿਹੜਾ ਕਿ ਗਿੱਧੇ ਦੇ ਚਾਰ ਚੰਨ ਲਾ ਦਿੰਦੇ ਆ ਗਿੱਧੇ ਪਵਾ ਦਿੰਦੇ ਆ ਨਾ ਵੀ ਕੋਈ ਪਾਵੇ ਤਾਂ ਉਹ ਵੀ ਅਗਲੇ ਨੂੰ ਪਵਾ ਦਿੰਦੇ ਆ ਅਤੇ ਇਹ ਸਾਰੀਆਂ ਹੈਗਾ ਫਿਰ ਬੀਬੀਆਂ ਸਾਡੇ ਕੋਲ ਜਿੱਦਾਂ ਨਾਟਕ ਜਿੱਦਾਂ ਗੁਆਂਢਣਾ ਮੈਸੇਜ ਦਿੰਦੀਆਂ ਹੈਗੀਆਂ ਉਹ ਵੀ ਆ ਸਾਡੇ ਕੋਲ ਇਹ ਵੋਮੈਨ ਕਲੱਬ ਇੱਥੋਂ ਬ੍ਰਹਮਟਨ ਤੋਂ ਆ ਅਤੇ ਉਹਨਾਂ ਨੇ ਹੋਰ ਵੀ ਪ੍ਰੋਗਰਾਮ ਨਾਲ ਕਰਨੇ ਹੈਗੇ ਆ ਅਤੇ ਉਹ ਆਪਣੇ ਪ੍ਰਵਾਸੀ ਅਖਬਾਰ ਦੇ ਵਿੱਚ ਵੀ ਖਬਰ ਆ ਰਹੀ ਹੈ ਕੱਲ੍ਹ ਨੂੰ ਅਤੇ ਉੱਥੇ ਵੀ ਪੜ੍ਹ ਸਕਦੇ ਹਾਂ ਉਹ ਰੇਡੀਓ 'ਤੇ ਵੀ ਆ ਰਿਹਾ ਟੀ ਵੀ 'ਤੇ ਵੀ ਆ ਰਿਹਾ ਸੁਰ ਸਾਗਰ 'ਤੇ ਵੀ ਆ ਰਿਹਾ ਇਹਨਾਂ ਦੇ ਵੀ ਹੁਣ ਪ੍ਰੋਗਰਾਮ ਤੁਸੀਂ ਸਾਰੇ ਦੇਖਦੇ ਹੀ ਆ ਅਤੇ ਸਾਰਿਆਂ 'ਤੇ ਬਾਕੀ ਹੋਰ ਵੀ ਨਿਊਜ਼ ਪੇਪਰਾਂ 'ਤੇ ਆਊਗਾ ਮੈਂ ਹੁਣ ਬਿਆਨ ਨਹੀਂ ਜ਼ਿਆਦਾ ਕਰ ਸਕਦਾ ਹੈਗਾ ਸਾਡੇ ਕੋਲ ਜਿੰਨੇ ਕਲਾਕਾਰ ਵੀ ਆ ਮੈਂ ਸਾਰੇ ਨਹੀਂ ਬਿਆਨ ਕਰ ਸਕਦਾ ਅਤੇ ਰੁਪਿੰਦਰ ਰੈਂਪੀ ਹੋਈ ਰੀਟਾ ਆ ਰਹੀ ਆ ਫਿਰ ਜੋਤੀ ਉਹਨਾਂ ਦਾ ਤਾਂ ਮੈਂ ਹੁਣ ਗੱਲ ਤੁਹਾਨੂੰ ਦੱਸਦਾ ਪਿਆ ਕਿ ਉਹ ਕੰਮ ਹੀ ਇਹਨਾਂ ਦਾ ਸਾਰਾ ਤਾਂ ਰੋਲ ਹੀ ਸਾਰਾ ਇਹਨਾਂ ਦਾ ਤਾਂ ਸਟੇਜ 'ਤੇ ਵੀ ਇਹਨਾਂ ਦਾ ਹੀ ਆ ਤਾਂ ਸਾਰਾ ਇਹਨਾਂ ਨਹੀਂ ਕਰਨਾ ਹੈਗਾ ਅਤੇ ਨਿਰਮਲ ਜੀ ਮੈਂ ਪੁੱਛਣਾ ਚਾਹਾਂਗੀ ਕਿ ਕਿੰਨੇ ਕੁ ਤੁਸੀਂ ਐਕਸਪੈਕਟ ਕਰ ਰਹੇ ਹੋ ਇਸ ਵਾਰੀ ਗੈਸਟ ਜਿਹੜੇ ਹੋਣਗੇ ਮੇਲਾ ਜਿਹੜਾ ਕਿੱਦਾਂ ਕਿੰਨੇ ਕੁ ਮੇਲਾ ਬਹੁਤ ਭਰੂਗਾ 1000 ਤੋਂ ਉੱਤੇ ਹੋਊਗਾ
ਓ ਵਾਓ ਦੈਟਸ ਨਾਈਸ ਪਿਛਲੀ ਵਾਰ ਵੀ ਮੈਂ ਦੇਖਿਆ ਸੀ ਕਾਫੀ 1000 ਤੋਂ ਪਹਿਲਾਂ ਹੋ ਜਾਂਦਾ ਹਾਂਜੀ ਐਤਕੀ ਤਾਂ 1000 ਤੋਂ ਉੱਤੇ ਹੋਊਗਾ ਬਹੁਤ ਵਧੀਆ ਦੈਟਸ ਨਾਈਸ ਤੇ ਬਹੁਤ ਵੱਡਾ ਉਪਰਾਲਾ ਹੁੰਦਾ ਹੈ ਕੰਮ ਹੁੰਦਾ ਹੈ ਕਹਿ ਲਓ ਕਿ ਘਰ 'ਚ ਸੈਲੀਬ੍ਰੇਸ਼ਨ ਚਾਹੇ ਛੋਟੀ ਹੋਵੇ ਚਾਹੇ ਵੱਡੀ ਹੋਵੇ ਉਹ ਇੱਕ ਵਿਆਹ ਦੇ ਵਾਂਗੂ ਹੀ ਹੁੰਦੀ ਹੈ ਪੂਰੀ ਉਹਦੀ ਜਿਹੜੀ ਪ੍ਰੈਪਰੇਸ਼ਨ ਹੁੰਦੀ ਹੈ ਉਹਦੀ ਸੋ ਟੈਂਟ ਉੱਥੇ ਪ੍ਰੋਪਰ ਲਗਾਏ ਜਾਣਗੇ ਕੁਰਸੀਆਂ ਪ੍ਰੋਪਰ ਉੱਥੇ ਹੋਣਗੀਆਂ ਤੁਹਾਡੇ ਬੈਠਣ ਲਈ ਔਰ ਸਨੈਕਸ ਦਾ ਇੰਤਜ਼ਾਮ ਹੋਏਗਾ ਜਿੱਦਾਂ ਕਿ ਨਿਰਮਲ ਜੀ ਨੇ ਦੱਸਿਆ ਔਰ ਇਸ ਤੋਂ ਇਲਾਵਾ ਉੱਥੇ ਬੱਚਿਆਂ ਦੀ ਅੰਡਰ 21 ਬੱਚੇ ਜਿਹੜੇ ਹੈਗੇ ਆ ਉਹ ਕਬੱਡੀ ਦਾ ਉਹਨਾਂ ਦਾ ਮੈਚ ਵੀ ਕਰਾਇਆ ਜਾਏਗਾ ਬੱਚਿਆਂ ਦਾ ਔਰ ਇਹ ਕਬੱਡੀ ਜੇ ਤੁਸੀਂ ਸਿੱਖਣਾ ਚਾਹੁੰਦੇ ਹੋ ਜਾਂ ਤੁਸੀਂ ਕਿਸ ਡਰੱਗਸ ਦੇ ਲਈ ਅਵੇਅਰਨੈਸ ਚਾਹੁੰਦੇ ਹੋ ਜਾਂ ਤੁਹਾਡਾ ਆਪਣਾ ਕੋਈ ਡਰੱਗਸ ਦੇ ਵਿੱਚ ਬੱਚਾ ਫਸਿਆ ਹੋਇਆ ਤੁਸੀਂ ਉਹਨੂੰ ਬਾਹਰ ਕੱਢਣਾ ਚਾਹੁੰਦੇ ਹੋ ਸੋ ਉਹਦੇ ਲਈ ਇੱਕ ਖਾਸ ਅਵੇਅਰਨੈਸ ਕੀਤੀ ਜਾਂਦੀ ਹੈ ਕੌਂਸਲਿੰਗ ਕੀਤੀ ਜਾਂਦੀ ਹੈ ਔਰ ਨਾਲੇ ਬੱਚਿਆਂ ਨੂੰ ਕਬੱਡੀ ਵੀ ਸਿਖਾਈ ਜਾਂਦੀ ਹੈ ਔਰ ਇਹ ਫਰੀ ਆਫ ਕੋਸਟ ਸਿਖਾਈ ਜਾਂਦੀ ਹੈ ਉਹਦੇ ਲਈ ਤੁਸੀਂ ਗੁਰਮੀਤ ਕਾਟੋ ਜੀ ਨੂੰ ਕਾਲ ਕਰ ਸਕਦੇ ਹੋ 416-617-6390 ਤੇ 416-617-6390 ਤੇ ਗੁਰਮੀਤ ਕਾਟੋ ਜੀ ਨੂੰ ਤੁਸੀਂ ਕਾਲ ਕਰ ਸਕਦੇ ਹੋ ਔਰ ਉਸ ਦਿਨ ਵੀ ਕਬੱਡੀ ਦਾ ਮੈਚ ਜਿਹੜਾ ਬੱਚਿਆਂ ਦਾ ਕਰਵਾਇਆ ਜਾਏਗਾ ਹੈ ਨਾ ਨਿਰਮਲ ਜੀ ਹਾਂਜੀ ਉਹ ਲਾਸਟ ਵਿੱਚ ਰੱਖਿਆ ਜਾਊਗਾ ਹਾਂਜੀ ਤੇ ਪਹਿਲਾਂ ਜਿਹੜੇ ਆ ਸਾਰੇ ਗਿੱਧੇ ਪਊਗੇ ਓਕੇ ਕਿਉਂਕਿ ਇਹ ਆਪਾਂ ਗੇਮ ਲਾਸਟ ਵਿੱਚ ਰੱਖੀ ਆ ਅਤੇ ਇਹਦੇ ਤੋਂ ਬਾਅਦ ਆਪਾਂ ਜਿਹੜੇ ਇਨਾਮ ਰੱਖੇ ਹੈਗੇ ਆ ਅਤੇ ਉਸ ਵੇਲੇ ਸ਼ੁਰੂ ਕਰਾਂਗੇ ਕਿਉਂਕਿ ਕਾਹਲੀ ਨਾ ਕੋਈ ਵੀ ਪਾਵੇ ਕਿਉਂਕਿ ਪਿਛਲੀ ਵਾਰੀ ਕਾਹਲੀ ਬਹੁਤ ਪਾ ਦਿੱਤੀ ਸੀ ਇਨਾਮ ਦੇ ਟਾਈਮ 'ਤੇ ਪਲੀਜ਼ ਲਾਈਨ ਦੇ ਵਿੱਚ ਲੱਗਿਆ ਕਰੋ ਲਾਈਨ ਦੇ ਵਿੱਚ ਲੱਗ ਕੇ ਵਾਰੀ ਸਾਰਿਆਂ ਦੀ ਆ ਰਹਿੰਦਾ ਕੋਈ ਵੀ ਨਹੀਂ ਹੈਗਾ ਸਾਰਿਆਂ ਨੂੰ ਮਿਲੂਗਾ ਸਾਡੇ ਕੋਲ ਬਹੁਤ ਇਨਾਮ ਹੁੰਦੇ ਹੈਗੇ ਅਸੀਂ ਕਿਸੇ ਨੂੰ ਵੀ ਖਾਲੀ ਨਹੀਂ ਜਾਣ ਦਿੰਦੇ ਹੈਗੇ ਬਿਲਕੁਲ ਔਰ ਮੈਂ ਇਹਦੀ ਗੱਲ ਨਾਲ ਹੀ ਇਹ ਵੀ ਕਹਾਂਗੀ ਕਿ ਜਦੋਂ ਤੁਸੀਂ ਉੱਥੇ ਆਓਗੇ ਇਸ ਮੇਲੇ ਦਾ ਹਿੱਸਾ ਬਣੋਗੇ ਤਾਂ ਇੱਕ ਚੀਜ਼ ਦਾ ਜ਼ਰੂਰ ਧਿਆਨ ਰੱਖਣਾ ਕਿ ਪਾਰਕ ਦੇ ਵਿੱਚ ਸਫਾਈ ਰੱਖਣ ਦੀ ਕੋਸ਼ਿਸ਼ ਕਰਨਾ ਕਿਉਂਕਿ ਸਾਨੂੰ ਇੰਨੇ ਖੂਬਸੂਰਤ ਪਾਰਕ ਜਿਹੜੇ ਆ ਸਾਡੀ ਗਵਰਨਮੈਂਟ ਵੱਲੋਂ ਦਿੱਤੇ ਗਏ ਹਨ ਬਣਾਏ ਗਏ ਹਨ ਹਰ ਇੱਕ ਏਰੀਆ ਦੇ ਵਿੱਚ ਜਿੱਥੇ ਅਸੀਂ ਆਪਣੀਆਂ ਸੈਲੀਬ੍ਰੇਸ਼ਨਸ ਕਰ ਸਕਦੇ ਹਾਂ ਮੇਲੇ ਲਗਾ ਸਕਦੇ ਹਾਂ ਘੁੰਮ ਫਿਰ ਸਕਦੇ ਹਾਂ ਸੋ ਉੱਥੇ ਖਾਣ ਪੀਣ ਦਾ ਇੰਤਜ਼ਾਮ ਜ਼ਰੂਰ ਹੋਏਗਾ ਲੇਕਿਨ ਜੋ ਵੀ ਗਾਰਬੇਜ ਹੋਏਗਾ ਕੱਪਸ ਹੋਣਗੇ ਪਲੇਟਸ ਹੋਣਗੀਆਂ ਪੇਪਰ ਨੈਪਕਿਨਸ ਹੋਣਗੇ ਉਹ ਪਲੀਜ਼ ਉੱਥੇ ਜਿਹੜੇ ਵੀ ਗਾਰਬੇਜ ਬਿਨਸ ਹੋਣਗੇ ਉਹਨਾਂ ਦੇ ਵਿੱਚ ਤੁਸੀਂ ਪਾਇਓ ਪਾਰਕ ਦੇ ਵਿੱਚ ਬਿਲਕੁਲ ਵੀ ਗੰਦ ਨਾ ਪਾ ਕੇ ਜਾਇਓ ਕਿਉਂਕਿ ਬਾਅਦ ਵਿੱਚ ਜਿਹੜੇ ਸਾਡੇ ਕਲੱਬ ਮੈਂਬਰਸ ਹਨ ਜਿਹੜੇ ਕਮੇਟੀ ਮੈਂਬਰਸ ਹਨ ਉਹਨਾਂ ਲਈ ਹਾਰਡ ਟਾਈਮ ਹੋ ਜਾਂਦਾ ਹੈ ਸਭ ਕੁਛ ਕਲੀਨ ਕਰਨਾ ਔਰ ਅਸੀਂ ਨਹੀਂ ਚਾਹੁੰਦੇ ਕਿ ਉਹਨਾਂ ਨੂੰ ਵੀ ਕੰਪਲੇਂਟ ਕਿਸੇ ਤਰ੍ਹਾਂ ਦੀ ਮਿਲੇ ਕਿਸੇ ਕੋਲੋਂ ਵੀ ਸੋ ਹਾਂਜੀ ਨਿਰਮਲ ਜੀ ਕੁਛ ਹੋਰ ਕਹਿਣਾ ਚਾਹੋਗੇ ਸੀ ਬਾਕੀ ਜਦੋਂ ਜੋਤੀ ਜੀ ਨੇ ਇਹ ਗੱਲ ਦੱਸੀ ਆ ਵੈਸੇ ਤਾਂ ਅਸੀਂ ਪਾਰਕ ਇਹ ਅਡੋਪਟ ਕੀਤਾ ਹੈ ਕਲੱਬ ਨੇ ਓਕੇ ਸਾਡੀ ਆਪਣੀ ਜ਼ਿੰਮੇਵਾਰੀ ਆ ਰੋਜ਼ ਦੀ ਓਕੇ ਅੱਜ ਦੀ ਨਹੀਂ ਇੱਕ ਮੇਲੇ ਦੀ ਨਹੀਂ ਹੈਗੀ ਹਾਂਜੀ ਕਿੰਨੇ ਸਾਲ ਹੋ ਗਏ ਇਹਨੂੰ ਅਡੋਪਟ ਕੀਤਾ ਤਾਂ ਉਹ ਵੀ ਦੱਸ ਦੇਣਾ ਅਤੇ ਇਹਨੂੰ ਅਸੀਂ ਅਡੋਪਟ ਕੀਤਾ ਆ ਇਹਦੀ ਜ਼ਿੰਮੇਵਾਰੀ ਵੀ ਸਾਡੀ ਬਣਦੀ ਆ ਸਾਫ਼ ਕਰਨਾ ਐਵਰੀ ਡੇ ਕਿਉਂਕਿ ਕਈ ਵਾਰੀ ਸਟੂਡੈਂਟਾਂ ਨੂੰ ਵੀ ਬੇਨਤੀ ਆ ਵੀ ਜੇ ਅਗਰ ਉੱਥੇ ਬਹਿੰਦੇ ਆ ਇੰਜੋਏ ਕਰਦੇ ਆ ਅਤੇ ਖਾਂਦੇ ਪੀਂਦੇ ਆ ਪਲੀਜ਼ ਉਹ ਕਮ ਸੇ ਕਮ ਗਾਰਬੇਜ ਜਿਹੜਾ ਹੁੰਦਾ ਆ ਉਹ ਡਰਮ ਦੇ ਵਿੱਚ ਪਾ ਦਿਆ ਕਰਨ ਕਿਉਂਕਿ ਜੋ ਆਪਾਂ ਸਾਰੇ ਭੈਣਾਂ ਭਰਾਵਾਂ ਨੇ ਰਲ ਕੇ ਚਲਾਉਣਾ ਹੁੰਦਾ ਹੈਗਾ ਕਿਉਂਕਿ ਕਈ ਵਾਰੀ ਉੱਥੇ ਅਸੀਂ ਆ ਕੇ ਦੇਖੀਦਾ ਰਾਤ ਨੂੰ ਵੀ ਮੈਂ ਖੁਦ ਆਪ ਵਿਚਰਦਾ ਹੁੰਦਾ ਪਾਰਕ ਦੇ ਵਿੱਚ ਮੈਂ ਰੌਂਡ ਲਾ ਕੇ ਜਾਂਦਾ ਹੁੰਦਾ ਤਾਂ ਵੀ ਕੀ ਹੈਗਾ ਕੀ ਨਹੀਂ ਹੈਗਾ ਦੇਖ ਕੇ ਜਾਂਦਾ ਹੁੰਦਾ ਅਤੇ ਕਈ ਜਗ੍ਹਾ 'ਤੇ ਫਿਰ ਮੈਨੂੰ ਇੱਦਾਂ ਇਹ ਚੀਜ਼ਾਂ ਮਿਲਦੀਆਂ ਹੈਗੀਆਂ ਤਾਂ ਮੈਨੂੰ ਇਸ ਕਰਕੇ ਉਹ ਕਹਿਣਾ ਪਿਆ ਹੈਗਾ ਅਤੇ ਉਹ 'ਤੇ ਆਪਾਂ ਆਪਣੇ ਲਈ ਸਫਾਈ ਰੱਖਣਾ ਸਾਡਾ ਫਰਜ਼ ਵਾ ਅਤੇ ਬਾਕੀ ਹੋਰ ਜਿਹੜਾ ਮੇਲਾ ਆ ਇਹਦੇ ਵਿੱਚ ਬੱਚਿਆਂ ਦੀਆਂ ਰੇਸਾਂ ਵੀ ਤੁਹਾਨੂੰ ਦੱਸੀਆਂ ਹੈਗੀਆਂ ਬੱਚਿਆਂ ਦੀਆਂ ਵੀ ਰੇਸਾਂ ਹੈਗੀਆਂ ਬਜ਼ੁਰਗਾਂ ਦੇ ਵੀ ਹੈਗੇ ਆ ਲੇਕਿਨ ਇਹਦੇ 'ਚ ਇੱਕ ਜਿਹੜੀ ਜ਼ਰੂਰੀ ਆ ਜਿਹੜੀ ਉਮਰ ਦਾ ਤਗਾਦਾ ਆ ਉਹ ਜ਼ਰੂਰੀ ਆਇਡੈਂਟੀ ਕਾਰਡ ਹੋਣਾ ਚਾਹੀਦਾ ਹਰੇਕ ਦੇ ਕੋਲ ਕਿਉਂਕਿ ਕੱਲ੍ਹ ਨੂੰ ਸਾਨੂੰ ਇਹ ਨਾ ਕਹਿਣਾ ਪਵੇ ਉਸ ਵੇਲੇ ਸਾਡਾ ਜਾਂ ਉੱਥੇ ਜੋ ਵੀ ਬੰਦਾ ਹਾਜ਼ਰ ਹੋਵੇ ਉਹ ਇਹ ਨਾ ਕਹਿ ਸਕੇ ਵੀ ਭਾਈ ਤੁਹਾਨੂੰ ਵਿੱਚ ਹਿੱਸਾ ਲੈਣ ਤੋਂ ਮਨਾਹੀ ਕੀਤੀ ਜਾ ਸਕਦੀ ਆ ਅਤੇ ਇਸ ਕਰਕੇ ਦੂਸਰੀ ਮੇਰੀ ਬੇਨਤੀ ਇਹ ਹੈ ਜੇ ਅਗਰ ਰੇਸ ਦੇ ਵਿੱਚ ਜਿਹਨੇ ਵੀ ਭਾਗ ਲੈਣਾ ਜਾਂ ਖੇਡਣ ਦੇ ਵਿੱਚ ਲੈਣਾ ਉਹ ਸੇਫਟੀ ਆਪਣੀ ਜ਼ਰੂਰੀ ਉਹਦੇ ਸ਼ੂ ਹੋਣ ਜਾਂ ਜਿਹੜੀ ਵੀ ਸੇਫਟੀ ਉਹਨੂੰ ਲੜੀਂਦੀ ਆ ਉਹ ਜ਼ਰੂਰੀ ਆ ਕਿਉਂਕਿ ਅਸੀਂ ਇਹਦਾ ਕਲੱਬ ਦਾ ਪਰਮਿਟ ਲਿਆਇਆ ਹੁੰਦਾ ਅਤੇ ਉਹਦੇ ਉੱਤੇ ਸਾਡੀ ਜ਼ਿੰਮੇਵਾਰੀ ਬਣਦੀ ਆ ਕਿੰਨੇ ਬੰਦਿਆਂ ਨੂੰ ਅਸੀਂ ਇਹਦੇ ਵਿੱਚ ਕਰ ਸਕਦੇ ਹਾਂ ਕਿਉਂਕਿ ਸਾਰਿਆਂ ਨੂੰ ਅਸੀਂ ਨਹੀਂ ਕਰ ਸਕਦੇ ਹੁੰਦੇ ਕਵਰ ਅਤੇ ਕੁਛ ਲਿਮਿਟ ਹੁੰਦੀ ਆ ਪਰ ਇਹਦੇ ਵਿੱਚ ਕੱਟ ਸਾਡਾ ਵੱਧ ਹੁੰਦਾ ਹੈਗਾ ਕਿਉਂਕਿ ਇਹ ਪਾਰਕ ਆ ਬਹੁਤ ਵਧੀਆ ਮੈਂ ਵੀ ਇੱਕ ਵਾਰੀ ਫਿਰ ਦੁਹਰਾਉਣਾ ਚਾਹਾਂਗੀ ਆਪਣੇ ਸਾਰੇ ਵਿਊਰਸ ਨੂੰ ਜਿਹੜੇ ਵੀ ਇਸ ਵੇਲੇ ਸੁਣ ਰਹੇ ਹਨ ਜਿਹੜੇ ਵੀ ਸਾਡੇ ਗੈਸਟ ਉੱਥੇ ਪਹੁੰਚਣ ਚਾਹੇ ਉਹ ਬੱਚੇ ਆ ਬਜ਼ੁਰਗ ਹੈ ਸਾਡੇ ਨੌਜਵਾਨ ਹਨ ਮੁਟਿਆਰਾਂ ਹਨ ਜੁਲਾਈ 26 ਦਿਨ
ਸ਼ੁੱਕਰਵਾਰ ਫਰਾਈਡੇ ਠੀਕ 2 ਵਜੇ ਇਹ ਮੇਲਾ ਜਿਹੜਾ ਸ਼ੁਰੂ ਹੋਏਗਾ ਮਾਊਂਟਨਿਸ਼ ਪਾਰਕ ਦੇ ਅੰਦਰ 2800 ਸੈਂਡਲਵੁੱਡ ਪਾਰਕ ਵੇ ਬ੍ਰੈਂਪਟਨ 'ਚ ਹੈ ਇੰਟਰਸੈਕਸ਼ਨ ਹੈ ਮਾਊਂਟਨਿਸ਼ ਪਾਰਕ ਐਂਡ ਸੈਂਡਲਵੁੱਡ ਦੀ ਜਿੱਥੇ ਇਹ ਮੇਲਾ ਹੋਏਗਾ 2 ਵਜੇ ਸ਼ੁਰੂ ਅਤੇ ਜਿੱਦਾਂ ਕਿ ਨਿਰਮਲ ਜੀ ਨੇ ਵੀ ਕਿਹਾ ਕਿ ਤੁਹਾਡੀ ਆਪਣੀ ਸੇਫਟੀ ਆਪਣੇ ਹੱਥ ਹੈ ਸੋ ਇਸ ਕਰਕੇ ਤੁਸੀਂ ਕੱਲ੍ਹ ਨੂੰ ਕਲੱਬ ਨੂੰ ਬਲੇਮ ਨਹੀਂ ਕਰ ਸਕਦੇ ਜੇ ਕਿਸੇ ਨੂੰ ਕੋਈ ਪ੍ਰੋਬਲਮ ਹੈ ਜੁਆਇੰਟਸ ਦੀ ਪ੍ਰੋਬਲਮ ਹੈ ਕਿਸੇ ਨੂੰ ਕੋਈ ਸੱਟ ਲੱਗੀ ਹੋਈ ਹੈ ਜਾਂ ਕਿਸੇ 'ਚ ਕੋਈ ਵੀਕਨੈਸ ਹੈ ਤਾਂ ਉਹ ਆਪਣੀ ਗੇਮਸ ਦੇ ਵਿੱਚ ਹਿੱਸਾ ਨਾ ਲਵੇ ਜੇ ਉਹਨੂੰ ਲੱਗਦਾ ਕਿ ਮੈਂ ਕੰਫਰਟੇਬਲ ਨਹੀਂ ਹਾਂ ਜਾਂ ਜੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਹੈ ਤੁਹਾਨੂੰ ਮਿੱਠਾ ਖਾਣ ਦੀ ਮਨਾਹੀ ਹੈ ਤੁਹਾਨੂੰ ਤਲਿਆ ਖਾਣ ਦੀ ਮਨਾਹੀ ਹੈ ਸੋ ਉੱਥੇ ਸਾਰਿਆਂ ਨੂੰ ਵੇਖਾ ਵੇਖੀ ਤੁਸੀਂ ਆਪਣੀ ਸਿਹਤ ਦੇ ਨਾਲ ਖਿਲਵਾੜ ਬਿਲਕੁਲ ਨਹੀਂ ਕਰਨਾ ਤੁਸੀਂ ਉਹ ਚੀਜ਼ਾਂ ਬਿਲਕੁਲ ਨਹੀਂ ਖਾਣੀਆਂ ਇਹ ਨਹੀਂ ਕਿ ਤੁਹਾਡੇ ਲਈ ਫ੍ਰੀ ਉੱਥੇ ਸਰਵ ਕੀਤੀਆਂ ਜਾ ਰਹੀਆਂ ਅਤੇ ਤੁਸੀਂ ਖਾਣੀਆਂ ਹੀ ਖਾਣੀਆਂ ਸੋ ਉਹ ਫ੍ਰੀ ਦਾ ਮਤਲਬ ਇਹ ਨਹੀਂ ਕਿ ਤੁਸੀਂ ਅੱਖਾਂ ਬੰਦ ਕਰਕੇ ਖਾ ਲਓ ਔਰ ਬਾਅਦ ਵਿੱਚ ਤੁਹਾਡੀ ਸਿਹਤ ਖਰਾਬ ਹੋ ਜਾਏ ਘਰ ਜਾ ਕੇ ਔਰ ਤੁਹਾਡੀ ਫੈਮਿਲੀ ਮੈਂਬਰਸ ਵੀ ਜਿਹੜੇ ਉਹ ਪਰੇਸ਼ਾਨ ਹੋਣ ਅਤੇ ਤੁਸੀਂ ਪਰੇਸ਼ਾਨ ਹੋਵੋ ਸੋ ਇਸ ਕਰਕੇ ਆਪਣੀ ਸਿਹਤ ਦਾ ਖਿਆਲ ਤੁਸੀਂ ਆਪ ਰੱਖਣਾ ਜਿਹੜੀ ਚੀਜ਼ ਤੁਹਾਡੇ ਲਈ ਮਾੜੀ ਹੈ ਕੋਸ਼ਿਸ਼ ਕਰੋ ਕਿ ਉਹ ਚੀਜ਼ ਤੁਸੀਂ ਨਾ ਖਾਓ ਜਾਂ ਜਿਹੜੀ ਗੇਮ ਤੁਹਾਡੇ ਲਈ ਲੱਗਦਾ ਕਿ ਤੁਹਾਡੇ ਲਈ ਠੀਕ ਨਹੀਂ ਹੈ ਤੁਸੀਂ ਨਹੀਂ ਖੇਡ ਸਕਦੇ ਉਹਦੇ ਵਿੱਚ ਬਿਲਕੁਲ ਵੀ ਹਿੱਸਾ ਨਾ ਲਓ ਸੋ ਹਾਂਜੀ ਨਿਰਮਲ ਜੀ ਤੁਸੀਂ ਕੁਝ ਕਹਿਣਾ ਚਾਹ ਰਹੇ ਸੀ ਹਾਂਜੀ ਇਹੀ ਮੈਂ ਕਹਿਣਾ ਚਾਹੁੰਦਾ ਵਾਰ ਵਾਰ ਵੀ ਆਪਾਂ ਪਹਿਲਾਂ ਤਾਂ ਆ ਕੇ ਸਾਰੇ ਜਣੇ ਇਹਦੇ ਵਿੱਚ ਵੱਧ ਤੋਂ ਵੱਧ ਹਿੱਸਾ ਲਈਏ ਅਤੇ ਵੱਧ ਤੋਂ ਵੱਧ ਆ ਕੇ ਇਹਦੇ 'ਚ ਪਾਰਟੀਸਪੇਟ ਕਰੀਏ ਅਤੇ ਵੱਧ ਤੋਂ ਵੱਧ ਇਹਦੇ ਵਿੱਚ ਆਪਾਂ ਜੋ ਪੰਜਾਬੀ 'ਚ ਮਜ਼ਾ ਕਹਿੰਦੇ ਆ ਇੰਗਲਿਸ਼ 'ਚ ਇੰਜੋਏ ਕਹਿੰਦੇ ਆ ਐਂਟਰਟੇਨਮੈਂਟ ਕਹਿ ਦਿੰਦੇ ਆ ਕਿ ਵਰਡ ਬਹੁਤ ਹੁੰਦੇ ਆ ਅਤੇ ਕਈ ਵਾਰੀ ਕੋਈ ਮਿਸਟੇਕ ਵੀ ਲੱਗ ਜਾਂਦੀ ਆ ਉਹ 'ਤੇ ਵੀ ਮੈਂ ਗਲਤੀ ਚਾਹੁੰਦਾ ਹਾਂ ਅਤੇ ਸਾਰਿਆਂ ਨੂੰ ਵਾਰ ਵਾਰ ਇਹੀ ਆ ਆਪਣੀ ਸੇਫਟੀ ਦਾ ਖਿਆਲ ਆਪ ਰੱਖਣਾ ਹੈਗਾ ਅਤੇ ਖਾਣ ਪੀਣ ਦਾ ਆਪ ਸਾਡੇ ਵੱਲੋਂ ਕੋਈ ਸੰਕੋਚ ਨਹੀਂ ਹੈਗਾ ਅਸੀਂ ਕਿਸੇ ਨੂੰ ਰੋਕਦੇ ਨਹੀਂ ਹੈਗੇ ਅਤੇ ਜੇ ਕੋਈ ਘਰ ਵੀ ਲਿਜਾਣਾ ਚਾਹੁੰਦਾ ਸਾਨੂੰ ਉਹ ਦੱਸ ਦਿਆ ਘਰੇ ਵੀ ਅਸੀਂ ਉਹਨੂੰ ਬੈਗ ਦੇ ਦਿਆ ਕਰੀਏ ਪਲੀਜ਼ ਉਹ ਪਰਸ ਵਿੱਚ ਨਾ ਪਾ ਕੇ ਲਿਜਾ ਕਿਉਂਕਿ ਪਰਸ ਖਰਾਬ ਹੋ ਜਾਂਦਾ ਫਿਰ ਤਾਂ ਉਹ ਕੀਮਤੀ ਹੁੰਦਾ ਹੈਗਾ ਉਹ ਕਿੰਨੇ ਸੈਂਟਾਂ ਦਾ ਬੈਗ ਹੁੰਦਾ ਅਸੀਂ ਉਹ ਦੇ ਦਿਆ ਕਰਾਂਗੇ ਅਸੀਂ ਆਪ ਪਾ ਕੇ ਦੇ ਦਿਆ ਕਰਾਂਗੇ ਸਾਨੂੰ ਦੱਸ ਦਿਆ ਕਰਨ ਪਲੀਜ਼ ਇਹ 'ਤੇ ਵੀ ਥੋੜ੍ਹਾ ਜਿਹਾ ਵਿਚਾਰ ਹੋਣਾ ਚਾਹੀਦਾ ਕਿਉਂਕਿ ਆਪਣਾ ਹੀ ਮੇਲਾ ਆ ਆਪਾਂ ਹੀ ਇਹ 'ਤੇ ਧਿਆਨ ਦੇਣਾ ਹੈਗਾ ਇਹ 'ਤੇ ਕੋਈ ਗੁੱਸਾ ਵੀ ਨਹੀਂ ਹੈਗਾ ਅਤੇ ਅਸੀਂ ਖੁਦ ਦੇਣ ਨੂੰ ਤਿਆਰ ਵਾਂ ਅਤੇ ਜਿਹੜਾ ਵੀ ਚਾਹੁੰਦਾ ਵੀਰ ਭੈਣ ਸਾਨੂੰ ਦੱਸ ਦਿਆ ਕਰੇ ਅਸੀਂ ਖੁਦ ਬੈਗ ਲਿਆ ਕੇ ਰੱਖਾਂਗੇ ਅਤੇ ਉਹਨੂੰ ਬੈਗ ਦੇਵਾਂਗੇ ਪਾ ਕੇ ਵੀ ਦੇਵਾਂਗੇ ਬਹੁਤ ਵਧੀਆ ਜਿੰਨਾ ਉਹ ਕਹੂਗਾ ਬਹੁਤ ਵਧੀਆ ਨਿਰਮਲ ਜੀ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਮਿਲ ਕੇ ਔਰ ਮੈਂ ਇੱਕ ਵਾਰੀ ਫਿਰ ਰਿਪੀਟ ਕਰਨਾ ਚਾਹਾਂਗੀ ਕਿ ਇਹ ਜਿਹੜਾ ਮੇਲਾ ਹੋਣ ਜਾ ਰਿਹਾ ਸੈਂਡਲਵੁੱਡ ਹਾਈਟਸ ਸੀਨੀਅਰ ਕਲੱਬ ਵੱਲੋਂ ਜੁਲਾਈ 26 ਫਰਾਈਡੇ ਨੂੰ ਹੋ ਰਿਹਾ ਐਂਡ ਇਹ ਮਾਊਂਟਨਿਸ਼ ਪਾਰਕ ਦੇ ਅੰਦਰ ਹੋ ਰਿਹਾ ਮਾਊਂਟਨਿਸ਼ ਪਾਰਕ ਐਂਡ ਸੈਂਡਲਵੁੱਡ ਇੰਟਰਸੈਕਸ਼ਨ 'ਤੇ ਜਿਹੜਾ ਪਾਰਕ ਹੈ ਔਰ ਜ਼ਿਆਦਾ ਜਾਣਕਾਰੀ ਦੇ ਲਈ ਤੁਸੀਂ ਨਿਰਮਲ ਜੀ ਨੂੰ ਕਾਲ ਕਰ ਸਕਦੇ ਹੋ ਨਿਰਮਲ ਸਿਰਾ 416-451-7895 'ਤੇ 416-451-7895 ਐਂਡ ਢਿੱਲੋਂ ਸਾਹਿਬ ਦਾ ਨੰਬਰ ਹੈ 289-654-5091 ਅਤੇ ਜੇ ਕਿਸੇ ਵੀ ਤਰ੍ਹਾਂ ਦੀ ਕੋਈ ਇਨਫੋਰਮੇਸ਼ਨ ਮਿਸਿੰਗ ਹੈ ਤਾਂ ਤੁਸੀਂ ਮੈਨੂੰ ਵੀ ਕਾਲ ਕਰ ਸਕਦੇ ਹੋ ਮੇਰਾ ਨੰਬਰ ਹੈ 647-898-7769 ਜਾਂ ਫਿਰ ਤੁਸੀਂ ਮੇਰੇ ਪੇਜ 'ਤੇ ਜਾ ਕੇ ਜੋਤੀ ਸ਼ਰਮਾ ਫੇਸਬੁੱਕ 'ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਭੇਜ ਸਕਦੇ ਹੋ ਜੇ ਤੁਸੀਂ ਇੰਟਰਸਟਿਡ ਹੋ ਕਿਸੇ ਵੀ ਤਰ੍ਹਾਂ ਦੀ ਉੱਥੇ ਸੇਵਾ ਕਰਨ ਲਈ ਵਲੰਟੀਅਰ ਕੰਮ ਕਰਨ ਲਈ ਵਲੰਟੀਅਰ ਕੋਈ ਸੇਵਾ ਦੇਣ ਲਈ ਤਿਆਰ ਹੋ ਤੁਸੀਂ ਇਸ ਮੇਲੇ 'ਚ ਤਾਂ ਤੁਸੀਂ ਜ਼ਰੂਰ ਸਾਨੂੰ ਕੰਟੈਕਟ ਕਰ ਸਕਦੇ ਹੋ ਠੀਕ 2 ਵਜੇ ਇਹ ਮੇਲਾ ਸ਼ੁਰੂ ਹੋਏਗਾ ਜੁਲਾਈ 26 ਦਿਨ ਫਰਾਈਡੇ ਨੂੰ ਅਤੇ ਜਾਣ ਤੋਂ ਪਹਿਲਾਂ ਨਿਰਮਲ ਜੀ ਕੀ ਕਹਿਣਾ ਚਾਹੋਗੇ ਦਰਸ਼ਕਾਂ ਨੂੰ ਇਹਦੇ ਵਿੱਚ ਪਤਵੰਤ ਅਤੇ ਸੱਜਣ ਆਪਣੇ ਸਾਰੇ MP 'ਚ ਹਾਂਜੀ MPP ਮੇਅਰ ਸਕੂਲ ਟ੍ਰਸਟੀ ਸਾਰੇ ਇਹਦੇ ਵਿੱਚ ਭਾਗ ਲੈ ਰਹੇ ਆ ਓਕੇ ਬਹੁਤ ਕੁਛ ਦੀ ਗੱਲ ਇਹ ਵੀ ਆ ਅਤੇ ਆਪਾਂ ਉਹਨਾਂ ਨੂੰ ਇੱਕੋ ਬੇਨਤੀ ਕੀਤੀ ਆ ਵੀ ਅਸੀਂ ਸਾਡੀਆਂ ਸੁਣਿਆ ਕਰੋ ਆਪਣੇ ਘੱਟ ਸਾਨੂੰ ਪੁੱਛਿਆ ਕਰੋ ਵੀ ਅਸੀਂ ਦੱਸਿਆ ਕਰੀਏ ਕੀ ਪ੍ਰੋਬਲਮ ਆ ਉਹ ਦੱਸ ਸਕੀਏ ਅਸੀਂ ਤੁਹਾਨੂੰ ਬੁਲਾਉਂਦੇ ਹਾਂ ਇਸ ਕਰਕੇ ਵੀ ਸਾਡੀਆਂ ਸੁਣੋ ਵੈਰੀ ਨਾਈਸ ਅਤੇ ਜਾਣ ਤੋਂ ਪਹਿਲਾਂ ਹੋਰ ਕੀ ਕਹਿਣਾ ਚਾਹੋਗੇ ਦਰਸ਼ਕਾਂ ਨੂੰ ਬਸ ਮੈਂ ਇਹੀ ਧੰਨਵਾਦ ਕਰਦਾ ਪਹਿਲਾਂ ਤਾਂ TV ਦਾ ਰੇਡੀਓ ਦਾ ਤਾਂ ਇੱਥੇ ਆਪਣਾ ਸਾਰਾ ਹੀ ਇਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਜੋਤੀ ਸ਼ਰਮਾ ਦਾ ਵੱਧ ਤੋਂ ਵੱਧ ਬਹੁਤ ਸਾਂਝ ਦਾ ਅਤੇ ਸਟੂਡੀਓ ਦੇ ਸਾਰਿਆਂ ਦਾ ਹੀ ਧੰਨਵਾਦ ਤਾਂ ਸਾਰਿਆਂ ਨੂੰ ਖੁੱਲ੍ਹਾ ਸੱਦਾ ਇਹ ਆ ਸਾਂਝੀ ਕਮਿਊਨਿਟੀ ਆ ਇਹਦੇ ਵਿੱਚ ਕੋਈ ਇੱਦਾਂ ਨਹੀਂ ਹਿੰਦੂ ਧਰਮ ਦਾ ਹੋਵੇ ਚਾਹੇ ਮੁਸਲਿਮ ਧਰਮ ਹੋਵੇ ਚਾਹੇ ਗੋਰੇ ਧਰਮ ਦੇ ਵਿੱਚ ਕੋਈ ਹੋਵੇ ਇਹ ਸਭ ਲਈ ਅਸੀਂ ਖੁੱਲ੍ਹਾ ਸੱਦਾ ਰੱਖਿਆ ਸਾਡੇ ਬਾਬੇ ਨਾਨਕ ਨੇ ਤਾਂ ਸਭ ਨੂੰ ਖੁੱਲ੍ਹਾ ਸੱਦਾ ਦਿੱਤਾ ਹੈਗਾ ਇਸ ਕਰਕੇ ਅਸੀਂ ਉਹੀ ਨਿਗਾਹ ਦੇ ਨਾਲ ਸਾਰਾ ਕੁਛ ਕਰਦੇ ਹੈਗੇ ਹਾਂ ਉਹਦੀ ਵੋਟ ਲੈ ਕੇ ਚੱਲਦੇ ਹਾਂ ਅਤੇ ਇਸ ਕਰਕੇ ਕਿਸੇ ਚੀਜ਼ ਦੀ ਕਮੀ ਨਹੀਂ ਆਉਂਦੀ ਹੈਗੀ ਬਾਅਦ ਵਿੱਚ ਸਾਡੇ ਕੋਲ ਸਮਾਨ ਜਿਹੜਾ ਬਚਦਾ ਵੀ ਹੁੰਦਾ ਅਸੀਂ ਖੁਦ ਲਫਾਫਿਆਂ 'ਚ ਪਾ ਕੇ ਘਰਾਂ ਵਾਲਿਆਂ ਨੂੰ ਦੇਈਦਾ ਘਰੇ ਲੈ ਜਾਓ ਅਤੇ ਕਿਸੇ ਦੇ ਮੂੰਹ 'ਚ ਪੈ ਜਾਵੇ ਬਹੁਤ ਵਧੀਆ ਸੋਚ ਹੈ ਅਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਆਏ ਐਂਡ ਗੁੱਡ ਲੱਕ ਸਾਡੀਆਂ ਵਿਸ਼ਿਸ਼ ਤੁਹਾਡੇ ਨਾਲ ਹਨ ਔਰ ਹਮੇਸ਼ਾ ਦੀ ਤਰ੍ਹਾਂ ਇਹ ਮੇਲਾ ਇਸ ਵਾਰੀ ਵੀ ਯਾਦਗਾਰ ਮੇਲਾ ਸਾਬਿਤ ਹੋਵੇਗਾ
ਅਤੇ ਇੱਕ ਵਾਰੀ ਫਿਰ ਤੁਹਾਨੂੰ ਮੁਬਾਰਕਬਾਦ। ਅਤੇ ਬਾਕੀ ਸਾਰੇ ਕਲੱਬਾਂ ਵਾਲਿਆਂ ਨੂੰ ਮੈਂ ਫਿਰ ਕਹਿੰਦਾ, ਔਲਰੇਡੀ ਵੀ ਮੇਰੇ ਫੋਨ ਵੀ ਜਾ ਚੁੱਕੇ ਆ, ਔਲਰੇਡੀ ਕਲੱਬਾਂ ਦੇ ਵਿੱਚ ਫਲੈਰ ਵੀ ਜਾ ਚੁੱਕੇ ਆ, ਫਿਰ ਵੀ ਮੈਂ ਅੱਜ ਟੀ ਵੀ 'ਤੇ ਰੇਡੀਓ 'ਤੇ ਵੀ ਅਤੇ ਕੱਲ੍ਹ ਨੂੰ ਨਿਊਜ਼ ਪੇਪਰ 'ਚ ਪਹਿਲਾਂ ਆ ਵੀ ਚੁੱਕਿਆ, ਹੁਣ ਦੁਬਾਰਾ ਉਹਨੂੰ ਥੋੜ੍ਹਾ ਜਿਹਾ ਜਿਹੜੀਆਂ ਕਮੀਆਂ ਸੀ ਦੂਰ ਕਰਕੇ ਅੱਜ ਨਵੇਂ ਪੇਪਰ ਦੇ ਵਿੱਚ ਨਵਾਂ ਕੁਛ ਪਾ ਕੇ ਅਸੀਂ ਨਵੇਂ ਪੇਪਰ ਭੇਜ ਰਹੇ ਹਾਂ, ਕੱਲ੍ਹ ਨੂੰ ਆ ਜਾਣੇ ਆ। ਅਤੇ ਰੇਡੀਓ 'ਤੇ ਵੀ ਖਬਰ ਆ ਗਈ ਆ, ਅਤੇ ਸੁਰ ਸਾਗਰ 'ਤੇ ਵੀ ਫਿਰ ਮੈਂ ਕਹਿੰਦਾ ਸਾਰੇ ਟੀ ਵੀ ਰੇਡੀਓ 'ਤੇ ਵੀ ਸਾਰੇ ਪਾਸੇ ਆ ਰਿਹਾ, ਇੱਥੇ ਵੀ ਇਸ ਚੈਨਲ 'ਤੇ ਵੀ ਆ ਰਿਹਾ ਹੈਗਾ। ਅਤੇ ਸਾਰੇ ਸੁਣ ਕੇ ਜੇ ਕੋਈ ਕਿਸੇ ਨੂੰ ਕਮੀ ਪੇਸ਼ੀ ਲੱਗਦੀ ਵੀ ਆ, ਗੁੱਸਾ ਗਿੱਲਾ ਵੀ ਆ, ਕੋਈ ਦੂਰ ਵੀ ਕਰਨਾ ਹੈਗਾ, ਉਹ ਫੋਨ ਕਰਕੇ ਪਲੀਜ਼ ਮੇਰੇ ਨਾਲ ਕਰ ਸਕਦਾ। ਥੈਂਕ ਯੂ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਅਤੇ ਚਲੋ ਜੀ, ਲੈਂਦੇ ਹਾਂ ਅਸੀਂ ਵੀ ਤੁਹਾਡੇ ਕੋਲੋਂ ਇਜਾਜ਼ਤ। ਔਰ ਜਾਣ ਤੋਂ ਪਹਿਲਾਂ ਇੱਕ ਵਾਰੀ ਫਿਰ ਦੱਸਣਾ ਚਾਹਾਂਗੀ ਕਿ ਜੁਲਾਈ 26 ਨੂੰ ਦਿਨ ਫਰਾਈਡੇ ਠੀਕ 2 ਵਜੇ ਇਹ ਜਿਹੜੀ ਸੈਲੀਬ੍ਰੇਸ਼ਨ ਹੈ, ਕੈਨੇਡਾ ਡੇ ਦੀ ਸੈਲੀਬ੍ਰੇਸ਼ਨ, ਇਹ ਜਿਹੜਾ ਮੇਲਾ ਹੈ ਉਹ ਸੱਜੇਗਾ ਤੁਹਾਡੇ ਸਾਰਿਆਂ ਨਾਲ। ਤਾਂ ਤੁਸੀਂ ਜ਼ਰੂਰ ਇਸ ਮੇਲੇ ਦਾ ਹਿੱਸਾ ਬਣੋ। 2 ਤੋਂ 7 ਵਜੇ ਇਸ ਮੇਲੇ ਦੀਆਂ ਰੌਣਕਾਂ ਲੱਗਣਗੀਆਂ ਮਾਊਂਟਨੈਸ਼ ਪਾਰਕ ਦੇ ਅੰਦਰ। ਮਾਊਂਟਨੈਸ਼ ਪਾਰਕ ਐਂਡ ਸੈਂਡਲਵੁੱਡ ਦੀ ਇੰਟਰਸੈਕਸ਼ਨ 'ਤੇ ਇੱਕ ਪਾਰਕ ਹੈਗਾ, 2800 ਸੈਂਡਲਵੁੱਡ ਪਾਰਕ ਵੇ ਬਰੈਂਪਟਨ ਦੇ ਅੰਦਰ। ਜ਼ਿਆਦਾ ਜਾਣਕਾਰੀ ਦੇ ਲਈ ਤੁਸੀਂ ਸਿਰਾ ਸਾਹਿਬ ਜੀ ਨੂੰ ਕਾਲ ਕਰ ਸਕਦੇ ਹੋ 416-451-7895 ਐਂਡ ਤੁਸੀਂ ਮੈਨੂੰ ਵੀ ਕਾਲ ਕਰ ਸਕਦੇ ਹੋ, ਮੈਂ ਵੀ ਤੁਹਾਨੂੰ ਇਹਨਾਂ ਦਾ ਨੰਬਰ ਦੇ ਸਕਦੀ ਹਾਂ ਔਰ ਇਹਦੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰ ਸਕਦੀ ਹਾਂ। ਸੋ ਇਸ ਦੇ ਨਾਲ ਹੀ ਮੈਂ ਲੈਂਦੀ ਹਾਂ ਇਜਾਜ਼ਤ। ਤੁਸੀਂ ਰੱਖੋ ਆਪਣਾ ਬਹੁਤ ਸਾਰਾ ਧਿਆਨ, ਦੇਖਦੇ ਰਹੋ ਸਾਂਝਾ ਪੰਜਾਬ ਟੀ ਵੀ ਸਾਰਾ ਦਿਨ ਸਾਰੀ ਰਾਤ ਸਾਡੇ ਨਾਲ। ਜੇ ਕਿਸੇ ਵੀ ਤਰ੍ਹਾਂ ਦੀ ਈਵੈਂਟ ਦੀ ਪਲੈਨਿੰਗ ਕਰਵਾਉਣੀ ਹੈ, ਲੇਡੀ ਸੰਗੀਤ ਕਰਵਾਉਣਾ ਹੈ, ਐਮ ਸੀ ਕਰਵਾਉਣੀ ਹੈ ਜਾਂ ਪੂਰੇ ਈਵੈਂਟ ਨੂੰ ਪਲਾਨ ਕਰਨਾ ਹੈ, ਤਾਂ ਵੀ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 6478987769 'ਤੇ। ਵਾਪਸ ਫਿਰ ਹਾਜ਼ਰ ਹੋਵਾਂਗੀ ਇੱਕ ਨਵੀਂ ਜਾਣਕਾਰੀ ਦੇ ਨਾਲ, ਨਵੇਂ ਮਹਿਮਾਨ ਦੇ ਨਾਲ। ਤਦ ਤੱਕ ਦੇ ਲਈ ਤੁਸੀਂ ਰੱਖੋ ਆਪਣਾ ਖੂਬ 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 ਸਾਰਾ ਧਿਆਨ ਅਤੇ ਜ਼ਿੰਦਗੀ ਨੂੰ ਕਰੋ ਇੰਜੋਏ ਬਿੰਦਾਸ, ਅਤੇ ਦੇਖਦੇ ਰਹੋ ਸਾਂਝਾ ਪੰਜਾਬ ਦੇ ਟੀ ਵੀ 'ਤੇ ਪ੍ਰੋਗਰਾਮ ਜਿਹੜੇ ਸਾਡੇ ਨਾਲ ਸਾਰਾ ਦਿਨ ਸਾਰੀ ਰਾਤ। ਤੁਹਾਨੂੰ ਸਾਰਿਆਂ ਨੂੰ ਜੋਤੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।